ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਹ ਚੁੱਕ ਸਮਾਗਮ ਦੀਆਂ ਤਿਆਰੀਆਂ ਦਿਖਾ ਰਹੇ ਹਾਂ ਸੋ ਇਹ ਉਹ ਸਟੇਜ ਹੈ ਜਿੱਥੇ ਵਿਧਾਇਕ ਬੈਠਣਗੇ ਪ੍ਰੈਸ ਵਲੇ ਇੱਕ ਰਿਹਸਲ ਕੀਤੀ ਜਾ ਰਹੀ ਹੈ ਔਰ ਇਹ ਦੇਖਿਆ ਜਾ ਰਿਹਾ ਵੀ ਸਟੇਜ ਮਜ਼ਬੂਤ ਵੀ ਹੈ ਔਰ ਸਟੇਜ ਦੀ ਮਜ਼ਬੂਤੀ ਚੈੱਕ ਕਰਨ ਦੇ ਲਈ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਇੱਕ ਰਿਹਸਲ ਕਹਿ ਸਕਦੇ ਆ ਵੀ ਆਪਾਂ ਕੀਤੀ ਜਾ ਰਹੀ ਹੈ ਇੱਥੇ ਜੰਪ ਕਰ ਰਹੇ ਨੇ ਪੁਲਿਸ ਵਾਲੇ ਤੇ ਕਦੇ ਉਹਨਾਂ ਨੂੰ ਘੁਮਾਇਆ ਜਾ ਰਿਹਾ ਬਿਠਾਇਆ ਜਾ ਰਿਹਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਕਿਉਂਕਿ ਬਹੁਤ ਵੱਡੇ ਲੈਵਲ ਦਾ ਇਹ ਪ੍ਰੋਗਰਾਮ ਹੈ ਸੋ ਪ੍ਰੋਗਰਾਮ ਦੇ ਵਿੱਚ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਸੋ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਉਸ ਸਟੇਜ ਦੇ ਉੱਤੇ ਪੰਜਾਬ ਪੁਲਿਸ ਦੇ ਕਰਮੀ ਇੱਕ ਰੈਹਸਲ ਕਰ ਰਹੇ ਨੇ ਮਜ਼ਬੂਤੀ ਚੈੱਕ ਕੀਤੀ ਜਾ ਰਹੀ ਹੈ ਸਟੇਜ ਦੀ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੋ ਇੱਥੇ 4 ਲੱਖ ਲੋਕਾਂ ਦਾ ਇੰਤਜ਼ਾਮ ਜਿਹੜਾ ਕੀਤਾ ਗਿਆ ਹੈ ਔਰ 10 ਹਜ਼ਾਰ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਡਿਊਟੀ ਇਸ ਪ੍ਰੋਗਰਾਮ ਨੂੰ ਇਸ ਸਮਾਗਮ ਨੂੰ ਸਾਂਭਣ ਦੇ ਲਈ ਲਗਾਈ ਗਈ ਹੈ ਔਰ ਮੇਰੇ ਤੁਸੀਂ ਉੱਤੇ ਦੇਖ ਸਕਦੇ ਹੋ ਜਿਹੜਾ ਇਹ ਟੈਂਟ ਵੀ ਹੈ ਵਾਟਰਪਰੂਫ ਟੈਂਟ ਹੈ ਦੱਸਿਆ ਜਾ ਰਿਹਾ ਵੀ ਇਹ ਦਿੱਲੀ ਤੋਂ ਸਪੈਸ਼ਲੀ ਮੰਗਵਾਇਆ ਗਿਆ ਹੈ ਗੱਡੀਆਂ ਦੇ ਉੱਤੇ ਆਉਂਦਾ ਹੈ ਹਾਲਾਂਕਿ ਡੈਕੋਰੇਸ਼ਨ ਕੀਤੀ ਗਈ ਹੈ ਚੁੰਨੀਆਂ ਵਗੈਰਾ ਲਗਾ ਕੇ ਜਾਂ ਕਪੜਾ ਲਗਾ ਕੇ ਰੰਗ ਬਰੰਗਾ ਪਰ ਇਸ ਦੇ ਉੱਪਰ ਜਿਹੜਾ ਟੈਂਟ ਹੈ ਉਹ ਵਾਟਰਪਰੂਫ ਹੈ ਸੋ ਪਿਛਾਂ ਤੱਕ ਤੁਸੀਂ ਵੇਖ ਸਕਦੇ ਹੋ ਕਿ ਕਿੱਡਾ ਵੱਡਾ ਪੰਡਾਲ ਜਿਹੜਾ ਲਗਾਇਆ ਗਿਆ ਔਰ ਇਸ ਪੰਡਾਲ ਦੇ ਵਿੱਚ ਤਕਰੀਬਨ 50 ਹਜ਼ਾਰ ਕੁਰਸੀਆਂ ਲੋਕਾਂ ਦੇ ਬੈਠਣ ਦੇ ਲਈ ਲਗਾਈਆਂ ਗਈਆਂ ਨੇ ਸੋ ਇਸ ਵੇਲੇ ਤੁਹਾਨੂੰ ਇਸ ਪੰਡਾਲ ਦੇ ਵਿੱਚ ਜਾਂ ਤਾਂ ਕੁਝ ਕੁਰਸੀਆਂ ਸੈੱਟ ਕਰਨ ਵਾਲੇ ਲੋਕ ਮਿਲਣਗੇ ਜਾਂ ਫਿਰ ਪੁਲਿਸ ਕਰਮੀ ਤੇ ਪੁਲਿਸ ਅਧਿਕਾਰੀ ਹੀ ਤੁਹਾਨੂੰ ਦੂਰ ਤੱਕ ਨਜ਼ਰ ਆਉਣਗੇ 150 ਏਕੜ ਦੇ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਸੋ ਇਸ ਵੇਲੇ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਸੌ ਚੁੱਕ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਪੱਪਾਂ ਪਾਰ ਹੈ ਸੋ ਇਸ ਵੇਲੇ ਟੈਂਟ ਵੀ ਜਿਹੜੇ ਲਗਾ ਰਹੇ ਨੇ ਲੋਕ ਉਹ ਦੇਖੋ ਰਸਿਆਂ ਦੇ ਨਾਲ ਖਿੱਚ ਰਹੇ ਨੇ ਇਹ ਵਾਟਰਪਰੂਫ ਟੈਂਟ ਜਿਹੜਾ ਹੈਗਾ ਲਗਾਇਆ ਜਾ ਰਿਹਾ ਹੈ ਸੋ ਰਸਿਆਂ ਦੇ ਨਾਲ ਟੈਂਟ ਨੂੰ ਖਿੱਚਿਆ ਜਾ ਰਿਹਾ ਆਪਣੀ ਸਕਰੀਨ ਦੇ ਉੱਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਖੱਟਕੜ ਕਲਾਨੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਕੱਲ ਬਹੁਤ ਵੱਡਾ ਦਿਨ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਔਰ ਜਿਹੜੇ ਚਾਹੁੰਦੇ ਸੀਗੇ ਸਰਕਾਰ ਆਵੇ ਬਦਲਾਅ ਹੋਵੇ ਤਾਂ ਉਹਨਾਂ ਲੋਕਾਂ ਦੇ ਲਈ ਵੀ ਬਹੁਤ ਵੱਡਾ ਦਿਨ ਹੈ ਭਗਵੰਤਮਾਨ ਦੇ ਲਈ ਵੀ ਬਹੁਤ ਵੱਡਾ ਦਿਨ ਹੈ ਸੋ ਵਕ ਵਕ ਥਾਮਾਂ ਦੇ ਉੱਤੇ ਸਕਰੀਨਾਂ ਜਿਹੜੀਆਂ ਹੈਗੀਆਂ ਨੇ ਉਹ ਫਿੱਟ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਕਿਉਂਕਿ ਬਹੁਤ ਵੱਡਾ ਪੰਡਾਲ ਹੈ ਸੋ ਇਹ ਫੰਕਸ਼ਨ ਪਿੱਛੋਂ ਬੈਠ ਕੇ ਬਿਲਕੁਲ ਸਾਫ਼ ਨਹੀਂ ਦੇਖਿਆ ਜਾ ਸਕਦਾ ਇਸ ਕਰਕੇ ਸਕਰੀਨਾਂ ਲਗਾ ਦਿੱਤੀਆਂ ਗਈਆਂ ਨੇ ਕੈਮਰਿਆਂ ਦੀ ਅੱਖ ਜਿਹੜੀ ਹੈਗੀ ਆ ਇਸ ਪ੍ਰੋਗਰਾਮ ਨੂੰ ਬਹੁਤ ਨੇੜਿਓਂ ਕੈਚ ਕਰੇਗੀ ਤੇ ਫਿਰ ਲੋਕਾਂ ਤੱਕ ਇਹਨਾਂ ਸਕਰੀਨਾਂ ਤੋਂ ਪ੍ਰੋਗਰਾਮ ਜਿਹੜਾ ਹੈਗਾ ਪੁੱਜਦਾ ਹੋਵੇਗਾ। ਸੋ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਈਏ ਵੀ ਪੁਲਿਸ ਜਿਹੜੀ ਹੈਗੀ ਆ ਉਹ ਇੱਥੇ ਤਾਇਨਾਤ ਕੀਤੀ ਗਈ ਹੈ। ਪੁਲਿਸ ਅਧਿਕਾਰੀ ਲਗਾਤਾਰ ਜਿਹੜੇ ਹੈਗੇ ਨੇ ਉਹ ਆਪਣੇ ਅਫਸਰਾਂ ਦੇ ਟੱਚ ਦੇ ਵਿੱਚ ਨੇ ਜਾਂ ਅਫਸਰ ਉਹਨਾਂ ਨੂੰ ਡਾਇਰੈਕਸ਼ਨ ਦੇ ਰਹੇ ਨੇ। ਸੋ ਇਸ ਵੇਲੇ ਜਿਹੜੇ ਅਸੀਂ ਸਟੇਜ ਦੀ ਗੱਲ ਕਰਦੇ ਸੀਗੇ ਉਹਦੀ ਰਿਹੈਸਲ ਕਰਨ ਤੋਂ ਬਾਅਦ ਉਹਨੂੰ ਵੇਖਣ ਤੋਂ ਬਾਅਦ ਜਿਹੜੀ ਪੁਲਿਸ ਹੈਗੀ ਆ ਉੱਥੋਂ ਉਤਾਰ ਦਿੱਤੀ ਗਈ ਹੈ। ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ। ਸੋ ਬਹੁਤ ਵੱਡਾ ਦਿਨ ਕੱਲ ਦਾ। ਸੋ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਹਮਣੇ ਜਿੱਥੇ ਭਗਵੰਤ ਮਾਨ ਸੈਂਟਰ ਦੀ ਸਟੇਜ ਦੇ ਉੱਤੇ ਭਗਵੰਤ ਮਾਨ ਸੋਹਣ ਚੁੱਕਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਥੋਂ ਸੋਹਣ ਚੁੱਕਣਗੇ ਤੇ ਇੱਕ ਸਾਈਡ ਕੇਜਰੀਵਾਲ ਹੋਰਾਂ ਦੇ ਲਈ ਪੰਜਾਬ ਦੇ ਰਾਜਪਾਲ ਦੇ ਲਈ ਥਾਂ ਰੱਖੀ ਗਈ ਹੈ ਤੇ ਇੱਕ ਪਾਸੇ ਪੰਜਾਬ ਦੇ ਜਿਹੜੇ ਵਿਧਾਇਕ ਨੇ ਨਵੇਂ ਸੋ ਉਹਨਾਂ ਦੇ ਲਈ ਸੋ ਐਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਲਗਾਤਾਰ ਕਿਵੇਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਅਪਡੇਟ ਜਿਵੇਂ ਵੀ ਮਿਲਦੀ ਹੈ ਕਿਉਂਕਿ ਇੱਕ ਇੱਕ ਗੱਲ ਇੱਥੇ ਵੀ ਦੱਸਣੀ ਹੋਊਗਾ ਕਿ ਜਿਵੇਂ ਇਸ ਪ੍ਰੋਗਰਾਮ ਨੂੰ ਐਡਾ ਵੱਡਾ ਪ੍ਰੋਗਰਾਮ ਪਹਿਲੀ ਵਾਰ ਹੋਣ ਜਾ ਰਿਹਾ ਸੋਹ ਚੁੱਕ ਸਮਾਗਮ ਤਾਂ ਇਸ ਦੇ ਉੱਤੇ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਜਾਂ ਭਾਜਪੀ ਦੇ ਵੱਲੋਂ ਵੀ ਅਸ਼ਨੀਸ਼ ਸ਼ਰਮਾ ਨੇ ਵੀ ਇਸ ਦੇ ਉੱਤੇ ਸਵਾਲ ਚੁੱਕੇ ਨੇ ਤੇ ਸੁਖਪਾਲ ਖਹਿਰਾ ਹੋਰਾਂ ਨੇ ਵੀ ਸਵਾਲ ਚੁੱਕੇ ਨੇ ਸੋ ਉਹ ਵੀ ਆਪਾਂ ਜ਼ਰੂਰ ਇੱਥੇ ਜਿਹੜੇ ਪ੍ਰਬੰਧਕ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਆ ਤੇ ਉਹਨਾਂ ਦਾ ਵੀ ਸਪਸ਼ਟਿਕਰਨ ਇਸ ਦੇ ਉੱਤੇ ਕੀ ਰਹਿੰਦਾ ਹੈ ਹੁਣ ਜਿਸ ਸਾਈਡ ਅਰਵਿੰਦ ਕੇਜਰੀਵਾਲ ਹੋ ਰਹੇ ਨੇ ਜਾਂ ਫਿਰ ਰਾਜਪਾਲ ਹੋ ਰਹੇ ਨੇ ਬੈਠਣਾ ਹੈ ਸੋ ਉਸ ਸਾਈਡ ਹੁਣ ਪੁਲਿਸ ਕਰਮੀ ਜਿਹੜੇ ਹੈਗੇ ਨੇ ਉਹ ਖੜ ਗਏ ਨੇ ਆ ਕੇ ਸੋ ਚੈੱਕ ਕੀਤਾ ਜਾ ਰਿਹਾ ਵੀ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਇਹ ਪ੍ਰੋਗਰਾਮ ਦੇ ਉੱਤੇ ਜਾਂ ਪ੍ਰਸ਼ਾਸਨ ਦੇ ਉੱਤੇ ਸਵਾਲ ਆਉਣ ਉਸ ਕਰਕੇ ਪਹਿਲਾਂ ਹੀ ਜਿਹੜਾ ਅਧਿਕਾਰੀਆਂ ਨੂੰ ਜਾਂ ਫਿਰ ਕਰਮੀਆਂ ਨੂੰ ਉੱਤੇ ਚੜਾ ਕੇ ਇਹ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਸੋ ਐਸ ਵੇਲੇ ਤਸਵੀਰਾਂ ਤੁਹਾਨੂੰ ਅਸੀਂ ਖਟਕੜ ਕਲਾਂ ਤੋਂ ਦਿਖਾ ਰਹੇ ਹਾਂ। ਔਰ ਹੋਰ ਵੀ ਜਿਹੜੀ ਹੈਗੀ ਇੱਥੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਾਹਰ ਜਿਹੜੇ ਖੇਤ ਨੇ ਵਾਏ ਗਏ ਨੇ ਔਰ ਇੱਕ ਕਣਕ ਵੱਢੀ ਗਈ ਹੈ ਔਰ ਉਸ ਕਣਕ ਦਾ ਮੁਆਵਜ਼ਾ ਜਿਹੜਾ ਹੈਗਾ ਇਹ ਉਹ ਖੇਤ ਮਾਲਕਾਂ ਨੂੰ ਵੀ ਜਿਹੜਾ ਦੇਣ ਦੀ ਗੱਲ ਆਖੀ ਗਈ ਹੈ ਉੱਥੇ ਤੁਹਾਨੂੰ ਲੈ ਕੇ ਚਲਦੇ ਆਂ ਫਿਲਹਾਲ ਇਹ ਅੰਦਰ ਦੀਆਂ ਤਿਆਰੀਆਂ ਬਾਰੇ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਦਿੱਤੀ ਦਿਖਾਇਆ ਕਿ ਕਿਵੇਂ ਭਗਵੰਤ ਮਾਨ ਦੇ ਸੌ ਚੁੱਕ ਸਮਾਗਮ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਖਟਕੜ ਕਲਾ